ਬਨਾਲਾ ਸ਼ਹਿਰ 'ਚ 15 ਲੱਖ ਰੁਪਏ ਦੀ ਲਾਗਤ ਨਾਲ ਲੱਗੇ 51 ਸੀਸੀਟੀਵੀ ਕੈਮਰਿਆਂ ਦਾ ਉਦਘਾਟਨ ਅੱਜ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਕੀਤਾ ਹੈ। ਬਰਨਾਲਾ ਸ਼ਹਿਰ 'ਚ ਅਪਰਾਧ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸ਼ਹਿਰ 'ਚ 15 ਲੱਖ ਰੁਪਏ ਦੀ ਲਾਗਤ ਨਾਲ 51 ਸੀਸੀਟੀਵੀ ਕੈਮਰੇ ਲਾਏ ਗਏ ਨੇ, ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੀਤਾ। 51 ਕੈਮਰੇ ਬਰਨਾਲਾ ਸ਼ਹਿਰ ਦੇ ਵਿੱਚ ਲੱਗੇ ਨੇ ਵੱਖ ਵੱਖ ਥਾਵਾਂ 'ਤੇ। ਪੁਲਿਸ ਨੇ ਜੋ ਐਗਜ਼ਿਟ ਪੁਆਇੰਟ ਜਾਂ ਕਰੂਸ਼ਲ ਪੁਆਇੰਟ ਜਿਹੜੇ ਬਣਾ ਕੇ ਦਿੱਤੇ ਸੀ ਉਹਨਾਂ ਮੁਤਾਬਕ ਹੀ ਲੱਗੇ ਨੇ। ਉਹਦੀ ਮੋਨੀਟਰਿੰਗ ਜਿਹੜੀ ਹੈ ਇੱਥੇ SSP ਆਫਿਸ ਦੇ ਵਿੱਚ ਹੈਗੀ ਹੈ, ਇੱਕ ਅਟੈਂਡੈਂਟ ਹਰ ਵਕਤ ਉਹਦੀ ਮੋਨੀਟਰਿੰਗ 'ਤੇ ਹੈ। ਅਤੇ ਪੁਲਿਸ ਵੱਲੋਂ ਮੈਨੂੰ ਦੱਸਿਆ ਗਿਆ ਕਿ ਇਹਨਾਂ ਕੈਮਰਿਆਂ ਨੂੰ ਇੰਸਟਾਲ ਕਰਨ ਤੋਂ ਬਾਅਦ ਬਹੁਤ ਕ੍ਰਾਈਮ ਰੇਟ ਦੇ ਵਿੱਚ ਕਮੀ ਵੀ ਆਈ ਹੈ ਅਤੇ ਬਹੁਤ ਸਾਰੇ ਕੇਸ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਹੈਲਪ ਨਾਲ ਸੋਲਵ ਵੀ ਕੀਤੇ ਨੇ। ਲੇਟੈਸਟ ਡਿਜੀਟਲ ਅਤੇ ਕੋਡਲੈਸ ਕੈਮਰੇ ਨੇ ਅਤੇ ਕੁਆਲਿਟੀ ਵਾਈਜ਼ ਤੁਸੀਂ ਦੇਖ ਹੀ ਲਿਆ ਹੋਣਾ। ਸੋ ਇਹ ਸੁਨਾਮ, ਧੂਰੀ ਅਤੇ ਬਰਨਾਲਾ ਤਿੰਨ ਸ਼ਹਿਰ ਲੈਸ ਹੋ ਚੁੱਕੇ ਨੇ ਇਸ ਲਈ ਡਿਜੀਟਲ ਕੈਮਰਿਆਂ ਨਾਲ, ਅਤੇ ਤਿੰਨ ਸ਼ਹਿਰਾਂ ਲਈ ਪੈਸਾ ਜਾ ਚੁੱਕਿਆ। ਅੱਜ ਜਾਂ ਕੱਲ੍ਹ 'ਚ ਇੰਸਟਾਲੇਸ਼ਨ ਉਹਨਾਂ ਦੀ ਹੋ ਜਾਊਗੀ ਸ਼ੁਰੂ ਅਤੇ ਵਿਦਇਨ ਵੀਕ ਉਹ ਵੀ ਹੋ ਜਾਣਗੇ। ਇਸ ਬਾਬਤ ਬਰਨਾਲਾ ਪੁਲਿਸ ਦੇ DSP ਰਾਜੇਸ਼ ਸ਼ਿਬਰ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਆਉਣ ਜਾਣ ਵਾਲੇ ਰਸਤਿਆਂ 'ਤੇ CCTV ਕੈਮਰੇ ਲਗਾ ਦਿੱਤੇ ਗਏ ਨੇ, ਪਰ ਹਾਲੇ ਵੀ 10 ਤੋਂ 15 ਕੈਮਰੇ ਘੱਟ ਪੈ ਰਹੇ ਨੇ, ਜਿਸ ਬਾਰੇ ਸਾਂਸਦ ਭਗਵੰਤ ਮਾਨ ਨੂੰ ਦੱਸ ਦਿੱਤਾ ਗਿਆ। ਉਹਨਾਂ ਕਿਹਾ ਕਿ ਸ਼ਹਿਰ 'ਚ ਕੈਮਰੇ ਲੱਗਣ ਬਾਅਦ ਅਪਰਾਧ 'ਚ ਕਮੀ ਆਈ ਹੈ ਅਤੇ ਇਹਨਾਂ ਕੈਮਰਿਆਂ ਦੀ ਵਜ੍ਹਾ ਨਾਲ ਕਈ ਕੇਸ ਵੀ ਹੱਲ ਹੋਏ ਨੇ। ਬਰਨਾਲਾ ਸਿਟੀ ਵਿੱਚ ਟੋਟਲ 51 ਕੈਮਰੇ ਲੱਗੇ ਨੇ ਅਤੇ ਸਾਨੂੰ ਹੋਰ 10-15 ਕੈਮਰਿਆਂ ਦੀ ਹੋਰ ਲੋੜ ਹੈ। ਤਪਾ 'ਚ ਵੀ ਇੱਦਾਂ ਹੀ ਲੋੜ ਹੈ ਕੈਮਰਿਆਂ ਦੀ, ਅਤੇ ਇਹਦੇ ਨਾਲ ਜਿਹੜਾ ਕ੍ਰਾਈਮ ਹੈ ਉਹਨੂੰ ਬਹੁਤ ਠੱਲ ਪਈ ਹੈ, ਕਿਉਂਕਿ ਕ੍ਰਿਮੀਨਲ ਬੰਦਾ ਜੇ ਕੋਈ ਕ੍ਰਾਈਮ ਕਰਕੇ ਜਾਂਦਾ ਤਾਂ ਅਸੀਂ ਇਹ 'ਚ ਕਈ ਅਸੀਂ ਕੇਸ ਵੀ ਟਰੇਸ ਕੀਤੇ ਨੇ, ਚੋਰੀਆਂ ਦੇ ਕੋਈ ਇੱਦਾਂ ਦੇ ਹੈਗੇ ਨੇ, ਅਤੇ ਅਸੀਂ ਸਾਨੂੰ ਲੀਡ ਮਿਲਦੀ ਹੈ। ਸਾਰਾ ਤਕਰੀਬਨ ਸਾਡੇ ਆਊਟਰ ਇਨਰ ਸਾਰੇ ਤਕਰੀਬਨ ਹੈਗੇ ਨੇ, ਕੁਛ ਕੁ ਸਾਡੇ ਮਿਸਿੰਗ ਨੇ। ਅਸੀਂ ਰਿਕੁਐਸਟ ਕੀਤੀ MP ਸਾਹਿਬ ਨੂੰ ਵੀ ਸਾਨੂੰ MP ਕੋਟੇ 'ਚੋਂ ਹੋਰ ਵੀ ਕੈਮਰੇ ਲਗਵਾਏ ਜਾਣ। ਹੁਣ ਇਹ ਦੇਖਣਾ ਦਿਲਚਸਪ ਰਹੇਗਾ ਕਿ ਇਹਨਾਂ ਹਾਈ ਕੁਆਲਿਟੀ ਕੈਮਰਿਆਂ ਨਾਲ ਅਪਰਾਧਾਂ ਨੂੰ ਰੋਕਣ 'ਚ ਕਿੰਨੀ ਕੁ ਕਾਮਯਾਬੀ ਪੁਲਿਸ ਨੂੰ ਮਿਲਦੀ ਹੈ। ਬਰਨਾਲਾ ਤੋਂ ਰਾਜੇਸ਼ ਸ਼ਰਮਾ ਦੀ ਖਾਸ ਰਿਪੋਰਟ।